कहिंदे ने कि शौक दा कोई मुल नहीं हुंदा, ये कहावत बिल्कुल सच कर दिखाई है। अज असीं तुहानूं एक इहो जिहे शख्स नूं मिलवाउण जा रहे हां जो कि समराला दे पिंड दवाले दा रहण वाला है, जिसने भारत पाकिस्तान दी वंड तों पहलां दा एक साइकल साम के रख्या होया है, जिस दी 50 लाख रुपए कीमत भी लग गई, पर उसने साइकल नहीं वेचिया। साइकल जो कि तुसीं पहलां कदी नहीं देखिया होवेगा, जिस दे लक्कड़ दे टायर हन, जिसका अगला चक वड्डा अते पिछला छोटा है, जिसनू चलाउण लई पहला लाइसेंस भी बनवाउणा पैंदा सी। उस साइकल नू हुण भी ये शख्स चलाई फिरदा है, जिसनू देखण दे लई लोग दूर दुराडे तों आउंदे ने। आजाद टीवी न्यूज़ दे लई ब्यूरो रिपोर्ट। ਕੀ ਨਾਮ ਆ ਜੀ ਤੁਹਾਡਾ? ਮੇਰਾ ਤਸਵਿੰਦਰ ਸਿੰਘ ਬੜਾਇਆ ਚਾਹੀ। ਇਹ ਜਿਹੜਾ ਇੱਕ ਆ ਤੁਸੀਂ ਸਾਈਕਲ ਲੱਕੜ ਦੇ ਟਾਇਰਾਂ ਵਾਲਾ ਕਿੱਥੋਂ ਲਿਆਂਦਾ, ਕੀ ਹੈਗਾ ਜੀ? ਹਾਂਜੀ ਇਹ ਜਦ ਆਪਣਾ ਇਕੱਠਾ ਹੀ ਦੀ ਪਾਕਿਸਤਾਨ ਅਤੇ ਇੰਡੀਆ ਜੀ, ਇਹ ਸਾਡੇ ਨਾਲੇ ਪਿੰਡ ਆ ਜਲਾਉ ਦਾ, ਉੱਥੇ ਦਾ ਬੰਦਾ ਰੇਲਵੇ ਲੱਗਿਆ ਹੈ ਜੀ, ਉਹ ਲੈ ਗਿਆ ਜੀ ਉੱਥੇ ਆਪਣੇ ਲਾਹੌਰ ਤੋਂ ਜਾ ਕੇ। ਹਾਂਜੀ ਉਹਨਾਂ ਨੇ ਸਾਂਭ ਕੇ ਰੱਖਿਆ ਜੀ ਇਹ। ਇਹ ਜਿਹੜਾ ਸਾਈਕਲ ਆ ਕਾਹਦਾ ਬਣਿਆ, ਕਾਹਦਾ ਹੋਇਆ, ਕੀ ਕੀ ਇਹਨੂੰ ਲੱਗਿਆ ਜੀ? ਇਹ ਲੱਕੜ ਦੇ ਬਸ ਲੋਹੇ ਦਾ ਹੀ ਬਣਿਆ ਜੀ, ਆਪਣੇ ਕਮਾਣੀ ਲੱਗੀ ਹੈ ਬਸ ਇਹ 'ਚ। ਹਾਂਜੀ ਕਦ ਕਿੰਨਾ ਕੁ ਚਿਰ ਪੁਰਾਣਾ ਸਾਈਕਲ ਹੈ? ਇਹ ਹੋਊਗਾ ਜੀ 100 ਸਾਲ ਦੇ ਗੇੜ 'ਚ ਪੁਰਾਣਾ ਹੋਊ ਜੀ ਘੱਟੋ ਘੱਟ। ਹਾਂਜੀ ਇਹਦਾ ਕੋਈ ਲਾਇਸੈਂਸ ਲਾਇਸੈਂਸ ਜੀ ਕੋਈ ਕੀ ਹੈਗਾ ਜੀ ਇਹਦਾ? ਹਾਂਜੀ ਲਾਇਸੈਂਸ ਹੁੰਦਾ ਜੀ ਇਹਦਾ ਬਣਿਆ ਆਪਣੇ ਜੀ, ਉਹ ਵੀ ਮੇਰੇ ਕੋਲ ਸਾਂਭ ਕੇ ਰੱਖਿਆ ਲਾਇਸੈਂਸ ਆਪਣੇ। ਹਾਂਜੀ ਤਾਏ ਜੀ ਨਾਂ 'ਤੇ ਬਣਿਆ ਹੋਇਆ ਉਹ ਰੱਖਿਆ ਜੀ ਆਪਣੇ। ਅਤੇ ਇਹਨੂੰ ਦੇਖਣ ਵਾਲੇ ਲੋਕ ਕਿੰਨੇ ਕੁ ਆਉਂਦੇ, ਚਲਾਉਣੇ ਚਲੂਨੇ ਵੀ ਹੈਗੇ? ਹਾਂਜੀ ਚਲਾਉਂਦੇ ਜੀ ਆਪਣੇ ਪਿੰਡ 'ਚ ਗੇੜਾ ਦਏ ਆਈ ਦਾ। ਹਾਂਜੀ ਦੇਖਣ ਲਈ ਜਿਹੜੇ ਲੋਕ ਆਉਂਦੇ ਉਹ ਕੁਛ ਕਹਿੰਦੇ ਤੁਹਾਨੂੰ ਵੀ ਆ ਕੀ ਚੱਕੀ ਫਿਰਦੇ ਹੋ, ਕੀ ਹੈ ਇਹ? ਹਾਂਜੀ ਉਹ ਕਰਦੇ ਹੈਰਾਨ ਹੁੰਦੇ ਨੇ ਦੇਖ ਕੇ ਵੀ ਇਹ ਕੀ ਗੱਡਾ ਚੱਕੀ ਫਿਰਦਾ, ਵੀ ਇਹੋ ਜਿਹਾ ਸਾਈਕਲ ਕਦੇ ਦੇਖਿਆ ਨਹੀਂ ਗਾ, ਫਿਰ ਦੱਸੀਦਾ ਵੀ ਸਾਈਕਲ ਆ ਇਹ, ਵੀ ਇਸ ਤਰ੍ਹਾਂ ਸਾਈਕਲ ਹੁੰਦਾ ਸੀ ਪਹਿਲਾਂ ਜੀ। ਤੁਹਾਡੇ ਘਰ 'ਚੋਂ ਬੱਚੇ ਵੀ ਚਲਾਉਂਦੇ, ਤੁਸੀਂ ਚਲਾਉਂਦੇ ਉਹਨੂੰ? ਹਾਂਜੀ ਬੱਚੇ ਵੀ ਚਲਾਉਂਦੇ ਫਿਰੀ ਜਾਂਦੇ ਜੀ। ਹਾਂਜੀ ਮੈਂ ਵੀ ਚਲਾ ਦੇ ਜੀ। ਅਤੇ ਕੋਈ ਤੁਹਾਨੂੰ ਆਉਂਦਾ ਨਹੀਂ, ਕਹਿੰਦਾ ਨਹੀਂ ਵੀ ਇਹ ਜਿਵੇਂ ਬਾਹਰੋਂ ਕੋਈ ਆਉਂਦਾ ਵੀ ਇਹ ਸਾਈਕਲ ਮੈਨੂੰ ਦੇ ਦੇ, ਵੀ ਮੈਂ ਲੈ ਜਾਣਾ ਖਰੀਦਣ ਲਈ ਆਉਂਦਾ ਜਾਂ ਕੁਛ ਇਸ ਤਰ੍ਹਾਂ? ਹਾਂਜੀ ਬਹੁਤ ਮੰਗਦੇ ਨੇ ਜੀ ਆਪਣੇ, ਇਹ ਪੰਜਾਬ 'ਚ ਹੈ ਨਹੀਂ ਨਾ ਕਿਸੇ ਕੋਲ ਆਪਣੇ ਜੀ, ਇੱਕ ਬਾਹਰੋਂ ਬੰਦਾ ਆਇਆ ਜੀ ਉਹ ਮੰਗਦਾ ਸੀ ਆਪਣੇ, ਕਹਿੰਦਾ ਸੀ 50 ਲੱਖ ਰੁਪਏ ਲੈ ਲਾ ਮੈਂ ਤੋਂ, ਪਰ ਮੈਂ ਦਿੱਤਾ ਨਹੀਂ ਕਰਨਾ ਜੀ। ਕਿਉਂ 50 ਲੱਖ ਦਾ ਕਿਉਂ ਨਹੀਂ ਦਿੱਤਾ ਜੀ? ਬਸ ਸ਼ੌਂਕ ਦਾ ਫਿਰ ਮੁੱਲ ਨਹੀਂ ਹੁੰਦਾ ਨਾ ਜੀ, ਇਸ ਕਰਕੇ ਮੈਂ ਦਿੱਤਾ ਨਹੀਂ ਗਾ ਫਿਰ। ਦੇਣਾ ਸੀ 50 ਲੱਖ ਦਾ? ਨਾ ਜੀ ਸ਼ੌਂਕ ਨਹੀਂ ਫਿਰ ਆਪਣੇ ਪੂਰਾ ਹੁੰਦਾ ਜੀ। ਹਾਂਜੀ ਅਤੇ ਹੁਣ ਕੀ ਕਹਿੰਦੇ ਹੋਏ ਜਿਵੇਂ ਇਹ ਸਾਈਕਲ ਸਿਰਫ ਪੰਜਾਬ 'ਚ ਕਿਹਦੇ ਨਾਲ ਦਾ? ਹਾਂਜੀ ਹੋਰ ਕਿਤੇ ਪੰਜਾਬ ਤੋਂ ਬਾਹਰ ਦੇਖਿਆ ਕਿਤੇ ਤੁਸੀਂ ਇਹ? ਨਹੀਂ ਪੰਜਾਬ ਤੋਂ ਬਾਹਰ ਤਾਂ ਸ਼ਾਇਦ ਮੈਂ ਜਾਣੀ ਦੇਖਿਆ ਨਹੀਂ ਗੱਲ ਤੱਕ, ਮੈਂ ਕਿਤੇ ਹੋਵੇ ਕਹਿ ਨਹੀਂ ਸਕਦਾ, ਜਾਣੀ ਮੈਂ ਦੇਖਿਆ ਨਹੀਂ। ਕਿਵੇਂ ਬਣਾਇਆ ਹੋਇਆ, ਕਿਹੜੀ ਕਿਹੜੀ ਚੀਜ਼ਾਂ ਲੱਗ ਗਈਆਂ? ਹਾਂਜੀ ਲੋਹਾ ਅਤੇ ਆਪਣੇ ਲੱਕੜ ਲੱਗੀ ਆ, ਕਮਾਣੀ ਲੱਗੀ ਹੈ ਜਿਹਨੂੰ, ਬਸ ਆ 2-3 ਚੀਜ਼ਾਂ ਦਾ ਬਣਿਆ ਹੋਇਆ। ਜਿਵੇਂ ਹੁਣ ਅਸੀਂ ਦੇਖਿਆ ਜੀ ਬ੍ਰੇਕਾਂ ਨਹੀਂ ਹੈਗੇ, ਫਿਰ ਰੋਕਦੇ ਕਿਵੇਂ ਜੇ ਚਲਾਉਂਦੇ ਤੁਸੀਂ? ਰੁਕਦਾ ਜੀ ਇਹ ਪੈਡਲਾਂ 'ਤੇ ਹੀ ਆਪਣੇ, ਪੈਡ ਨੂੰ ਦੱਬ ਕੇ ਉੱਥੇ ਹੀ ਬਾਹਰ ਰੁਕ ਜਾਂਦਾ ਜੀ ਆਪਣੇ। ਹਾਂਜੀ ਠੀਕ। ਕੀ ਤੁਹਾਡਾ ਵੀ ਹੈ ਵਿਦੇਸ਼ ਵਿੱਚ ਘੁੰਮਣ ਅਤੇ ਪੜ੍ਹਨ ਦਾ ਸੁਪਨਾ, ਜਾਂ ਫਿਰ ਹੈ ਵਿਦੇਸ਼ ਵਿੱਚ ਵਸਣ ਦਾ ਇਰਾਦਾ, ਜਾਂ ਰਿਫਿਊਜ਼ਲ ਦਾ ਕਰ ਰਹੇ ਹੋ ਸਾਹਮਣਾ? ਨਿਰਾਸ਼ ਨਾ ਹੋਵੋ, ਅੱਜ ਹੀ ਮਿਲੋ ਸੇਵੀਅਰ ਐਜੂਕੇਸ਼ਨ ਐਬਰੋਡ ਪਟਿਆਲਾ। ਫੋਨ ਨੰਬਰ 9814695511, 7880-88765। ਅੱਜ ਹੀ ਵਿਜਿਟ ਕਰੋ ਪਟਿਆਲਾ ਵਿਖੇ ਸੇਵੀਅਰ ਐਜੂਕੇਸ਼ਨ ਐਬਰੋਡ, ਅਸੀਂ ਕਰਾਂਗੇ ਹੱਲ ਤੁਹਾਡੀ ਹਰ ਮੁਸ਼ਕਿਲ ਦਾ।